ਆਪਦਾ ਲਿਮਿਟ ਚ ਰਹੋ ਆਪਦਾ ਕੰਮ ਕਰੋ ਕੌਣ ਜੇ ਅੱਜ ਤੱਕ ਕੋਈ ਜੇ ਮੈਂ ਇੱਥੋਂ ਤੱਕ ਹੈਗਾ ਮੇਰੀ ਸ਼ਰੇਆਮ ਫੇਸ ਟੂ ਫੇਸ ਆ ਕੇ ਕੱਢੋ ਇੱਥੇ ਟਵੀਟਾਂ ਚ ਪਕਾਈ ਮਰੀ ਜਾਂਦੇ ਹੋ ਮੈਂ ਕਈ ਦਿਨਾਂ ਦੇਖਿਆ ਨਾ ਕਦੇ ਉਹਨੇ ਟਵੀਟ ਪਾਤੀ ਕਦੇ ਉਹਨੇ ਪਵਾਤੀ ਜਿੱਥੇ ਨੂੰ ਇੰਨੀ ਕੋਈ ਘਬਰਾਹਟ ਹੈਗੀ ਹੈ ਟੱਕਰੋ ਸਿੱਧੇ ਹੋ ਕੇ ਠੀਕ ਹੈ ਸ਼ਰੇਆਮ ਦਿੱਲੀ ਦੀ ਭੀਖੀ ਬਣਾਈ ਪਈ ਆ ਉੱਥੇ ਜੱਟਾਂ ਨੇ ਠੀਕ ਹੈ ਨਾ ਹਜ਼ਾਰ ਟਰਾਲੀ ਖੜੀ ਉਹਨਾਂ ਨੂੰ ਕੱਢ ਲਓ ਠੀਕ ਹੈ ਉਹ ਬੈਠੇ ਨੇ ਠੀਕ ਹੈ ਨਾ ਜਿਹੜੀ ਗੱਲ ਹੈਗੀ ਹੈ ਜਿੱਥੋਂ ਹਰੇਕ ਡੈਮੋਕਰੇਟਿਕ ਕੰਟਰੀ ਹੈ ਸਾਰਿਆਂ ਨੂੰ ਰਾਈਟ ਹੈਗਾ ਪੀਸਫੁਲੀ ਧਰਨ ਦਾ ਆਪਣੇ ਰਾਈਟਸ ਰੱਖਣ ਦਾ ਆਪਣੀਆਂ ਗੱਲਾਂ ਕਰਨ ਦਾ ਠੀਕ ਹੈ ਜੇ ਕੋਈ ਤੁਸੀਂ ਧਰਨਾ ਲਾਉਂਦਾ ਧਰਨਾ ਜੇ ਅਸੀਂ ਧਰਨਾ ਲਾਈਏ ਤਾਂ ਅਸੀਂ ਟੈਰਰਿਸਟ ਹੋ ਗਏ ਹਾਂ ਬਕਵਾਸ ਘੱਟ ਕਰਿਆ ਕਰੋ ਆਪਣੀ ਜਿਹੜੀ ਆ ਜਿਹੜੇ ਫੋਲੋਅਰ ਫੁੱਲਰ ਹੁੰਦੇ ਨੇ ਜਿਹੜੇ ਗਾਲਾਂ ਕੱਢਣ ਖਾਤਰ ਹੀ ਆਉਂਦੇ ਹੁੰਦੇ ਨੇ ਨਾ ਉਹ ਫੋਲੋਅਰਸ ਨਹੀਂ ਹੁੰਦੇ ਠੀਕ ਹੈ ਨਾ ਆਹ ਤੁਸੀਂ ਨਵਾਂ ਫੰਡਾ ਛੇੜਿਆ ਵੀ ਕੋਈ ਕਿਸੇ ਮਸ਼ਹੂਰ ਬੰਦੇ ਨੂੰ ਗਾਲ ਕੱਢ ਦਿਓ ਹਾਂ ਵੀ ਤੂੰ ਫਲਾਨਾ ਤੂੰ ਧਮਕਿਆ ਤੂੰ ਇਹ ਹੈ ਉਹ ਹੈ ਕਮੈਂਟ ਤਾਂ ਆ ਸਕਦੇ ਨੇ ਪਰ ਉਹ ਮਹੀਨਾ ਕੀ ਆਉਣਗੇ ਤੇ ਉਹ ਵੀ ਗਾਲਾਂ ਕੱਢਣ ਖਾਤਰ ਆਉਣਗੇ ਠੀਕ ਹੈ ਨਾ ਆਪਦੀ ਜ਼ਬਾਨ ਆਪਣੀ ਇੱਜ਼ਤ ਆਪਦੇ ਕੰਟਰੋਲ 'ਚ ਰੱਖੋ ਸਾਨੂੰ ਸਾਰਿਆਂ ਨੂੰ ਪਤਾ ਹਰੇਕ ਬੰਦੇ 'ਚ ਕਮੀਆਂ ਹੁੰਦੀਆਂ ਸਾਨੂੰ ਤੁਹਾਡਾ ਵੀ ਪਤਾ ਤੁਸੀਂ ਕਿੰਨੇ ਕੁ ਜੋਗੀ ਹੋ ਠੀਕ ਹੈ ਨਾ ਵੀ ਸਾਡੀ ਪਰ ਇਹ ਫਿਤਰਤ ਨਹੀਂ ਵੀ ਅਸੀਂ ਕਿਸੇ ਨੂੰ ਓਵਰ ਦਾ ਲਿਮਿਟ ਜਾ ਕੇ ਕਿਸੇ ਨੂੰ ਮਾੜਾ ਚੰਗਾ ਕਹੀਏ ਠੀਕ ਹੈ ਅਸੀਂ ਚੁੱਪ ਆ ਸਾਨੂੰ ਚੁੱਪ ਰਹਿਣ ਦਿਓ ਐਵੇਂ ਜੇ ਤੁਹਾਨੂੰ ਕੋਈ ਸੱਚੀ ਉਹ ਪ੍ਰੋਬਲਮ ਆ ਬੋਲਣ ਆਈਆਂ ਤੁਸੀਂ ਫੇਸ ਟੂ ਫੇਸ ਆ ਕੇ ਬੋਲੋ ਫਿਰ ਤੁਹਾਨੂੰ ਦੱਸਾਂਗੇ ਬੋਲੀ ਦਾ ਕਿਵੇਂ ਹੁੰਦਾ ਤੁਹਾਨੂੰ ਟੈਰਿਸਟ ਦਾ ਮੀਨਿੰਗ ਵੀ ਸਮਝਾਵਾਂਗੇ ਮੀਨਿੰਗ ਕੀ ਹੁੰਦਾ ਠੀਕ ਹੈ ਨਾ ਆਪਦਾ ਕੰਮ ਕਰੋ ਠੀਕ ਹੈ ਉਹ ਉੱਥੇ ਵਿਚਾਰੇ ਕਿਸਾਨ ਬੈਠੇ ਨੇ ਸਾਡੇ ਸਾਰੇ ਭਰਾ ਬੈਠੇ ਨੇ ਤੁਸੀਂ ਇੱਥੇ ਤੜਕੇ ਬਲੈਕ ਕੌਫੀ ਪੀ ਕੇ ਲਾਈਵ ਹੋ ਜਾਂਦੀ ਹੋ ਤੁਹਾਨੂੰ ਨਾ ਤਾਂ ਇਹ ਪਤਾ ਵੀ ਇਹ ਕਣਕ ਦਾ ਭਾਅ ਕੀ ਹੈ ਅਤੇ ਇਹ ਕਣਕ ਉਗਦੀ ਕਿਵੇਂ ਹੈ ਅਤੇ ਇਹ ਕਣਕ ਨੂੰ ਪਾਲਣ 'ਤੇ ਕਿੰਨਾ ਜ਼ੋਰ ਅਤੇ ਮਿਹਨਤ ਲੱਗਦੀ ਹੈ ਠੀਕ ਹੈ ਨਾ ਜੇ ਪੋਦੇ ਮਹੀਨੇ ਦੇ ਵਿੱਚ ਗਏ ਤੁਹਾਡੇ ਵਰਗੇ ਤੁਹਾਡੇ ਪਿਓਆਂ ਨੇ ਜਾਂ ਤੁਹਾਡੇ ਭਾਈਆਂ ਨੇ ਪਾਣੀ ਲਾਏ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਫਸਲ ਦਾ ਰੇਟ ਕਿਵੇਂ ਹੁੰਦਾ ਅਤੇ ਫਸਲ ਉਗਦੀ ਕਿਵੇਂ ਹੈ ਠੀਕ ਹੈ ਨਾ ਸੋ ਚਾਵਲਾਂ ਨਾ ਮਾਰਿਆ ਕਰੋ ਆਪਦਾ ਕੰਮ ਕਰੋ ਠੀਕ ਹੈ ਨਾ ਜੇ ਕਿਸੇ ਨੂੰ ਕੋਈ ਡਿੱਕੀ ਹੈ ਕੋਈ ਰੌਲਾ ਰੱਪਾ ਹੈਗਾ ਕਿਸੇ ਨੂੰ ਆਹ ਕਮੈਂਟ ਕਮੁੰਟ ਵਾਲਾ ਤੁਹਾਡੀਆਂ ਟੀਮਾਂ ਤੁਹਾਡੀਆਂ ਵੀ ਬਹੁਤ ਨੇ ਸਾਡੀਆਂ ਵੀ ਬਹੁਤ ਨੇ ਮਿਲੋ ਜਿੱਦਣ ਮਿਲਦੇ ਹੋ ਆ ਕੇ ਠੀਕ ਹੈ ਨਾ ਪਕਾਈ ਨਾ ਮਾਰਿਆ ਕਰੋ ਬਸ ਆਹ ਬਕਵਾਸ ਟਵੀਟਾਂ 'ਚ ਮਾੜਾ ਚੰਗਾ ਬੋਲੀਆਂ ਨੂੰ ਕਿਹਦੀ ਫਿਲਮ ਮੋਗਾ ਬੰਦ ਕਰਨਾ ਹੋਇਆ ਸਾਡਾ ਕਰਦੀ ਜਿਹੜਾ ਸਾਡੀ ਫਿਲਮ ਬੰਦ ਕਰਾ ਦੀ ਅਸੀਂ ਤਾਂ ਫਿਲਮਾਂ ਕਰਦੀ ਨਹੀਂ ਸਾਡਾ ਜੋ ਚੱਲਣਾ ਸਾਡੇ ਯੂਟਿਊਬ ਤੋਂ ਚੱਲੀ ਜਾਂਦਾ ਸਾਡੇ ਤੁਸੀਂ ਜੁੱਤੀ ਦੇ ਯਾਦ ਨਹੀਂ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਿਓ ਸਾਡੇ ਗਾਣੇ ਪਹਿਲਾਂ ਵੀ ਐਂ ਚੱਲੀ ਜਾਂਦੇ ਸੀ ਹੁਣ ਵੀ ਚੱਲਣਗੇ ਨਹੀਂ ਚੱਲਣਗੇ ਆਪਦੀ ਜੋਗੀ ਸਾਡੇ ਕੋਲ ਜ਼ਮੀਨ ਹੈਗੀ ਹੈ ਜ਼ਮੀਨ ਜੋਗੀ ਅਸੀਂ ਹੈਗੇ ਸਾਲਾ ਸਾਡੇ ਕੋਈ ਜ਼ਮੀਨ ਵੱਲੀ ਬੋਲੂਗਾ ਅਸੀਂ ਦੇਖ ਲਾਂਗੇ ਠੀਕ ਹੈ ਨਾ ਸੋ ਆਪਣੀਆਂ ਦੁੱਖੀ ਸਟੇਟਮੈਂਟਾਂ ਆ ਬਕਵਾਸ ਜਿਹੜੀ ਤੁਸੀਂ ਕਰ ਰਹੇ ਹੋ ਬਾਲੀਵੁੱਡ ਫਿਲਮਾਂ ਕੋਈ ਫਿਲਮਾਂ ਬੰਦ ਨਹੀਂ ਮਰੀ ਜਾਂਦੇ ਠੀਕ ਹੈ ਸਾਰਾ ਕੁਝ ਸਾਡੇ ਕੋਲ ਆਪਦਾ ਤਾਮਝਾਮ ਹੈਗਾ ਜੇ ਬਾਕੀ ਕਿਸੇ ਨੂੰ ਕੋਈ ਕੋਈ ਪ੍ਰੋਬਲਮ ਹੋ ਤੁਹਾਡੀਆਂ ਟੀਮਾਂ ਟੂਮਾਂ ਜਿਹੜੀਆਂ ਵੀ ਹੈਗੀਆਂ ਟਵੀਟਾਂ ਟਵੂਟਾਂ ਛੱਡੋ ਮੈਦਾਨ 'ਚ ਆਓ ਪ੍ਰੋਟੈਸਟ 'ਚ ਆਓ ਫਿਰ ਤੁਹਾਨੂੰ ਦੱਸਾਂਗੇ ਵੀ ਟੈਰਿਸਟ ਕੀ ਹੁੰਦਾ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਗਲਤੀ ਫਲਤੀ ਮਾਫ ਜੇ ਕੁਛ ਕਿਸੇ ਨੂੰ ਕਹਿਣ ਲੱਗਿਆ ਬਸ ਇਹਨੂੰ ਬਸ ਮੇਰਾ ਇਹੀ ਮੈਸੇਜ ਸੀਗਾ ਹੋਰ ਮੈਂ ਕੁਛ ਨਹੀਂ ਮੈਨੂੰ ਬਸ ਸਵੇਰ ਦੀ ਖੇਡ ਸੀਗੀ ਬਾਈ ਮੈਂ ਲਾਈਵ ਨਹੀਂ ਸੀ ਹੋਣਾ ਕੁਛ ਵੀ ਕੁਛ ਹੋਰ ਨਹੀਂ ਜੋ ਵੀ ਇਹ ਲੀਰਾਂ ਨੇ ਬਾਈ ਮੈਂ ਤੁਹਾਨੂੰ ਵੀ ਇਹ ਕਹਿੰਦਾ ਵੀ ਇਹ ਲੀਰਾਂ ਨੇ ਦੁੱਕੀਆਂ ਨੇ ਇਹਨਾਂ ਦੇ ਕਮੈਂਟ ਕਰਕੇ ਇਹਨਾਂ ਨੂੰ ਰੀਟਵੀਟ ਕਰਕੇ ਇਹਨਾਂ ਨੂੰ ਚਮੜਾ ਹੋਣਾ ਇਹ ਦੁੱਕੀ ਇਹਨਾਂ ਨੇ ਸਾਰੀ ਜ਼ਿੰਦਗੀ ਦੁੱਕੀ ਰਹਿਣਾ ਠੀਕ ਹੈ ਜਿਹਨੂੰ ਆਪਾਂ ਲੀਲੀ ਫੀਲੀ ਨਹੀਂ ਕਹਿੰਦੇ ਲੀਲੀਆਂ ਫੀਲੀਆਂ ਨੇ ਇਹਨਾਂ ਨੂੰ ਜੇ ਤੁਸੀਂ ਕਮੈਂਟ ਕਰ ਦਿਓ ਇਹ ਉਸ ਚੀਜ਼ ਨੂੰ ਆਪਦੀ ਚੜ੍ਹਾਈ ਮੰਨਦੇ ਨੇ ਠੀਕ ਹੈ ਨਾ ਵੀ ਆਪਦਾ ਤੁਸੀਂ ਇਹਨੂੰ ਇਹਨਾਂ ਦੇ ਧਿਆਨ ਨਾ ਦਿਓ ਇਹ ਜਮੀ ਖਤਮ ਬੰਦੇ ਨੇ ਜਿਹੜੇ ਜਦੋਂ ਕੋਈ ਇਹੋ ਜਿਹੇ ਕੁਛ ਗਲਤ ਕੰਮ ਬੰਦਾ ਹੁਣ ਅਸੀਂ ਬੈਠੇ ਹਾਂ ਅਸੀਂ ਆਪਦੇ ਕੰਮ ਤੱਕ ਕੰਮ ਮਤਲਬ ਆ ਅਸੀਂ ਕਿਸੇ ਨੂੰ ਬੇਵਕੂਫ ਕਿਸੇ ਤਰੀਕੇ ਨਾਲ ਬੋਲਦੇ ਨਹੀਂ ਹੈਗੇ ਕੋਈ ਵੀ ਨਹੀਂ ਬੋਲਦਾ ਠੀਕ ਹੈ ਨਾ ਇਹ ਜਦੋਂ ਕੋਈ ਬੰਦੇ ਦਾ ਕਿਸੇ ਪਾਸੋਂ ਦੂਜੇ ਪਾਸੋਂ ਫਲੋਪ ਹੋਣ ਲੱਗ ਜਾਂਦੇ ਨੇ ਜਾਂ ਕੋਈ ਇਹਨਾਂ ਦਾ ਊਂ ਤਾਮ ਸ਼ਾਮ ਨਹੀਂ ਚੱਲਦਾ ਫਿਰ ਸਾਲੇ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ ਮੈਂ ਤੁਹਾਨੂੰ ਵੀ ਜਿੰਨੇ ਮੇਰੇ ਵੀਰ ਭਰਾ ਇੱਥੇ ਲਾਈਵ 'ਚ 45,000 ਬੰਦਾ ਦੇਖ ਰਿਹਾ ਤੁਸੀਂ ਵੀ ਯਾਰ ਇਹਨਾਂ ਨੂੰ ਇੰਨੀ ਇੰਪੋਰਟੈਂਸ ਨਾ ਦਿਆ ਕਰੋ ਕਮੈਂਟ ਨਾ ਦਿਆ ਕਰੋ ਉਹ ਜਿਹਨਾਂ ਨੂੰ ਊਂ ਸ਼ਰਮ ਨਹੀਂ ਹੈਗੀ ਜਿਹਨਾਂ ਨੂੰ ਆਪਣੀਆਂ ਜ਼ਮੀਨਾਂ ਦੀ ਸ਼ਰਮ ਨਹੀਂ ਉਹਨਾਂ ਨੂੰ ਤੁਹਾਡੀਆਂ ਗਾਲਾਂ ਦੀ ਸ਼ਰਮ ਕਿੱਥੇ ਹੋਊਗੀ ਠੀਕ ਹੈ ਤੇ ਆਪਦਾ ਕੰਮ ਤੱਕ ਮਤਲਬ ਰੱਖੋ ਵੀਰੇ ਆਪਾਂ ਪ੍ਰੋਟੈਸਟ ਕਰਦੇ ਜੇ ਆਪਾਂ ਕਮੈਂਟ ਕਰਨਾ ਵੀ ਹੈ ਠੀਕ ਹੈ ਜਾਂ ਕੁਛ ਤੁਸੀਂ ਲਿਖਣਾ ਚਾਹੁੰਦੇ ਵੀ ਹੋ ਕਿਸਾਨਾਂ ਦੇ ਹੱਕ 'ਚ ਲਿਖਣਾ ਚਾਹੁੰਦੇ ਹੋ ਤਾਂ ਹੋਰ ਬਹੁਤ ਚੀਜ਼ਾਂ ਨੇ ਡਾਰਲਿੰਗ ਹੈ ਨਾ ਕਵਿਤਾਵਾਂ ਲਿਖੋ ਕੁਛ ਉਹਨਾਂ ਨੂੰ ਹੌਸਲਾ ਅਫਜਾਈ ਕਰਨ ਲਈ ਚੀਜ਼ਾਂ ਇਹਨਾਂ ਦੁੱਕੀਆਂ ਨਾਲ ਮੱਥਾ ਨਾ ਮਾਰੋ ਇਹ ਤਾਂ ਇਹ ਚਾਹੁੰਦੇ ਨੇ ਇਸ ਚੀਜ਼ ਨੂੰ ਚੜ੍ਹਾਈ ਮੰਨਦੇ ਨੇ ਵੀ ਸਾਨੂੰ ਕੋਈ ਪੰਜਾਬ ਦਾ 1,000 ਬੰਦਾ ਗਾਲ ਕੱਢ ਰਿਹਾ ਵੀ ਮੇਰੇ ਦੇਖੋ ਸਵੇਰੇ ਦਿਖਾਉਂਦੀ ਹੋਊਗੀ ਚਾਹ ਪੀ ਕੇ ਵੀ ਹਾਂ ਦੇਖੋ ਮੇਰੇ ਇਤਨੇ ਕਮੈਂਟ ਆ ਗਏ ਇਹ ਤਾਂ ਚਾਵਲਾਂ ਨੇ ਚਾਵਲਾਂ ਵਿੱਚ ਨਹੀਂ ਮੱਥਾ ਮਾਰੀ ਦਾ ਹੁੰਦਾ ਠੀਕ ਹੈ ਨਾ ਵੀ ਆਪਦਾ ਕੰਮ ਕਰੋ ਬਾਕੀ ਇਹ ਸਾਰਾ ਡਿਸਟ੍ਰੈਕਟ ਕਰਨ ਨੂੰ ਹੁੰਦਾ ਕੌਣ ਕੀ ਬੋਲਦਾ ਕਿ ਅਸੀਂ ਝੂਠੇ ਹਾਂ ਜਾਂ ਸੱਚੇ ਹਾਂ ਸਾਡਾ ਰੱਬ ਜਾਣਦਾ ਸਾਨੂੰ ਕਿਸੇ ਨੂੰ ਕਲੀਅਰ ਕਰਨ ਦੀ ਲੋੜ ਨਹੀਂ ਅਸੀਂ ਟੈਰਿਸਟ ਹੈਗੇ ਹਾਂ ਜਾਂ ਨਹੀਂ ਹੈਗੇ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ